ਇਕੱਲੀ ਗੱਲ ਵੀਰੋ ਧਿਆਨ ਦੇ ਨਾਲ ਸੁਣ ਲਓ। ਪੰਜਾਬ ਦੇ ਵਿੱਚ ਚਿੱਪ ਵਾਲੇ ਮੀਟਰ, ਸਿਮ ਵਾਲੇ ਮੀਟਰ, ਪ੍ਰੀਪੇਡ ਮੀਟਰ, ਜੋ ਮਰਜ਼ੀ ਨਾਂ ਧਰ ਲਓ, ਉਹ ਲੱਗਣੇ ਸ਼ੁਰੂ ਹੋ ਗਏ। ਆ ਇੱਧਰ ਸਬੂਤ ਦੇਖ ਲਿਓ, ਸਬੂਤ ਦੇਖ ਲਿਓ। ਤੁਹਾਨੂੰ ਮੈਂ ਦੱਸਦਾ ਇਹਨਾਂ 'ਚ ਅਤੇ ਉਹਨਾਂ 'ਚ ਪੰਜਾਬੀ ਦੇ ਵਿੱਚ ਫਰਕ ਕੀ ਆ, ਠੀਕ ਆ। ਲੋਕਾਂ ਨੇ ਰੌਲਾ ਕਿਉਂ ਨਹੀਂ ਪਾਇਆ ਹੈਗਾ ਸੁਣਿਓ। ਇੱਕ ਤਾਂ ਉਹਨਾਂ ਨੂੰ ਪਤਾ ਨਹੀਂ ਗਾ, ਦੋ ਨੰਬਰ 'ਤੇ ਜਿਹੜੇ ਪਹਿਲੇ ਮੀਟਰ ਸੀ, ਆਪਣਾ ਬਿਜਲੀ ਘਰ ਦੇ ਵਿੱਚ ਅਕਾਊਂਟ ਖੁੱਲ੍ਹਦਾ ਗਾ, ਬਿੱਲ 'ਤੇ ਲਿਖਿਆ ਹੁੰਦਾ ਨਾ ਅਕਾਊਂਟ ਨੰਬਰ, ਅਕਾਊਂਟ ਨੰਬਰ ਦੇ ਵਿੱਚ ਜਿਹੜਾ ਆਪਣਾ ਬਿੱਲ ਆਈ ਜਾਂਦਾ ਉਹਦੇ ਵਿੱਚ ਪੈਸੇ ਜਮ੍ਹਾਂ ਹੋਈ ਜਾਂਦੇ ਆ, ਠੀਕ ਆ। ਲੋਕ ਛੇ ਛੇ ਮਹੀਨੇ ਵੀ ਬਿੱਲ ਨਹੀਂ ਭਰਦੇ ਗੇ, ਇਕੱਠਾ ਤਾਰ ਦਿੰਦੇ ਹੈ ਨਾ, ਵੀ ਜੇ ਥੋੜ੍ਹਾ ਆਇਆ ਤਾਂ ਵੀ ਨਹੀਂ ਭਰਦੇ ਗੇ, ਉਹ ਆਪਣੇ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਆ। ਉਹਨੂੰ ਕਹਿੰਦੇ ਆ ਪੋਸਟ ਪੇਡ ਮੀਟਰ, ਬਿੱਲ ਵਾਲਾ ਮੀਟਰ, ਠੀਕ ਆ। ਪੋਸਟ ਪੇਡ ਦਾ ਮਤਲਬ ਬਿੱਲ ਵਾਲਾ ਮੀਟਰ, ਠੀਕ ਆ, ਭੁਗਤਾਨ ਬਾਅਦ ਦੇ ਵਿੱਚ ਕਰਨਾ ਗਾ। ਇਹ ਜਿਹੜੇ ਮੀਟਰ ਆ ਜਿਹੜੇ ਹੋਣ ਲੱਗੇ ਆ ਪ੍ਰੀਪੇਡ, ਪ੍ਰੀਪੇਡ ਦਾ ਮਤਲਬ ਪਹਿਲਾਂ ਭੁਗਤਾਨ ਕਰਨਾ, ਠੀਕ ਹੈ। ਔਰ ਇਹ ਮੀਟਰ ਲੱਗ ਗਏ ਇਹਨਾਂ ਦੇ ਵਿੱਚ ਜੀਓ ਦੀ ਸਿਮ ਲੱਗੀ ਹੋਈ ਆ, ਠੀਕ ਆ। ਇਹ ਮੀਟਰ ਸਾਡੇ ਪਿੰਡ ਲੱਗਿਆ ਵਾ, ਇਹ ਕਿਸੇ ਨੂੰ ਭੁਲੇਖਾ ਹੈ ਫੋਨ ਕਰਿਓ, ਆਹ ਥੱਲੇ ਨੰਬਰ ਡਰੋਪ ਕਰ ਦਿਓ ਕਮੈਂਟ ਦੇ ਵਿੱਚ, ਤੁਹਾਨੂੰ ਮੈਂ ਅੱਖਾਂ ਦੇ ਨਾਲ ਵਿਖਾਊਂਗਾ, ਠੀਕ ਆ। ਔਰ ਇਹਦੇ ਵਿੱਚ ਸਿਮ ਹੁੰਦਾ ਗਾ, ਠੀਕ ਹੈ। ਫਿਲਹਾਲ ਦੇ ਲਈ ਇਹਨਾਂ ਦਾ ਵੀ ਅਕਾਊਂਟ ਨੰਬਰ ਉਵੇਂ ਹੀ ਹੁੰਦਾ ਗਾ ਜਿਵੇਂ ਪੋਸਟ ਪੇਡ ਦਾ ਹੁੰਦਾ ਗਾ, ਪਰ ਇੱਥੇ ਹੁਣ ਕੀ ਹੁੰਦਾ ਗਾ ਵੀ ਪੈਸੇ ਉਹਦੇ ਵਿੱਚ ਜਮ੍ਹਾਂ ਹੋਈ ਜਾਂਦੇ ਆ, ਆਪਾਂ ਬਾਅਦ ਵਿੱਚ ਭੁਗਤਾਨ ਕਰ ਦਿੰਦੇ ਹਾਂ। ਜਦੋਂ ਇਹ ਪ੍ਰੋਸੈਸ ਪੂਰਾ ਹੋ ਗਿਆ, ਸਾਰੇ ਘਰਾਂ ਦੇ ਵਿੱਚ ਲੱਗ ਗਏ ਇਹ ਪ੍ਰੀਪੇਡ ਸਿਮ ਵਾਲੇ ਮੀਟਰ, ਜਿਹੜਾ ਉਹਦੇ 'ਤੇ ਨੰਬਰ ਹੋਊਗਾ ਨਾ ਉਹੀ ਤੁਹਾਡੇ ਸਿਮ ਦਾ ਨੰਬਰ ਹੋਊਗਾ, ਔਰ ਉਹਦੀ ਮੋਬਾਈਲ ਐਪ ਤੁਹਾਡੇ ਫੋਨ ਦੇ ਵਿੱਚ ਚੱਲੂਗੀ, ਚਲਾਉਣੀ ਪੈਣੀ ਹੈ, ਚਲਾਇਓ ਚਾਹੇ ਨਾ ਚਲਾਇਓ, ਨਹੀਂ ਸਿੱਧਾ ਜਾ ਕੇ ਪੈਸੇ ਪਵਾਇਆ ਕਰੋ, ਕਿਸੇ ਦੁਕਾਨ ਵਾਲੇ ਨੂੰ ਪੁੱਛ ਲਿਆ ਕਰੋ, ਦੱਸ ਦੇ ਬਾਈ ਸਾਡੇ ਮੀਟਰ ਦੇ ਵਿੱਚ ਕਿੰਨੇ ਕੁ ਪੈਸੇ ਰਹਿ ਗਏ ਆ। ਮੰਨ ਲਓ ਗਰਮੀਆਂ ਆ ਗਈਆਂ, 4 ਮਹੀਨੇ 5 ਮਹੀਨੇ ਗਰਮੀਆਂ, ਗਰਮੀਆਂ ਦੇ ਵਿੱਚ ਐਵਰੇਜ ਫੈਮਿਲੀ ਦਾ 5 ਤੋਂ 7 ਹਜ਼ਾਰ ਬਿੱਲ ਚਲਿਆ ਜਾਂਦਾ ਗਾ। ਮੱਸੀ ਮੋਟਰ ਚੱਲਣੀ ਆ, ਏਸੀ ਚੱਲਣਾ, ਜਾਂ ਲਲ ਪਲੜ ਪਸ਼ੂ ਪਸ਼ੂ ਨਵਾਉਣੇ ਹੁੰਦੇ, ਫਰਸਾਂ ਫੁਰਸਾਂ ਧੋਣੀਆਂ, ਹੈ ਨਾ, ਤਾਂ 5-7 ਹਜ਼ਾਰ ਚਲਾ ਜਾਂਦਾ। ਤਾਂ ਪਹਿਲਾਂ ਹੀ 40 ਹਜ਼ਾਰ ਰੁਪਈਆ 50 ਹਜ਼ਾਰ ਰੁਪਈਆ ਤੁਹਾਨੂੰ ਪੇਡ ਕਰਨਾ ਪੈਣਾ ਜੀ, ਤੁਸੀਂ ਗਰਮੀਆਂ ਸੁੱਖ ਦੀਆਂ ਕੱਢਣੀਆਂ। ਨਹੀਂ ਹਰ ਮਹੀਨੇ ਭਾਈ ਸਹੀ ਸਹੀ 7-7 ਹਜ਼ਾਰ ਰੁਪਈਆ ਪੇ ਕਰੋਗੇ ਤਾਂ ਬਲੈਟ ਚੱਲਣੀ ਆ, ਨਹੀਂ ਨਹੀਂ ਚੱਲਣੀ, ਠੀਕ ਆ। ਜੇ ਨਹੀਂ, ਜੇ ਚੀਜ਼ਾਂ ਦਾ ਨਹੀਂ ਇਹ ਮਕਸਦ, ਤਾਂ ਫਿਰ ਪਹਿਲਾਂ ਵਾਲੇ ਮੀਟਰਾਂ 'ਚ ਕੀ ਨੁਕਸ ਸੀ ਬਈ, ਪੋਸਟ ਪੇਡ ਦੇ ਵਿੱਚ ਸਿਮ ਵਾਲੇ ਕਿਉਂ ਲੈਣੇ ਪੈ ਗਏ? ਕੋਈ ਬਿਜਲੀ ਚੋਰੀ ਦਾ ਪਿੰਡਾਂ 'ਚ ਕਰਦਾ ਨਹੀਂ ਹੈਗਾ, ਕੀ ਮਜਬੂਰੀ ਪੈ ਗਈ? ਐਡੇ ਐਡੇ ਗਧੇ ਆ ਗਏ ਮੀਟਰ ਉਹ ਲਾਤੇ ਆ, ਉਹਨਾਂ ਦੇ ਵਿੱਚ ਸਿਮ ਆ, ਉਹਨਾਂ ਦੇ ਉੱਤੇ ਪ੍ਰੀਪੇਡ ਸਪੈਸ਼ਲ ਲਿਖਿਆ ਵਾ, ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹਾਂ, ਸਿਮ ਵਿੱਚ ਪਾਉਣ ਦੀ ਕੀ ਲੋੜ ਪੈ ਗਈ? ਕੋਈ ਦੱਸ ਸਕਦਾ, ਦੇ ਸਕਦਾ ਜਵਾਬ ਇਹਦਾ ਕੋਈ? ਜੇ ਪਹਿਲਾਂ ਵਾਲੇ ਮੀਟਰਾਂ 'ਚ ਕੋਈ ਨੁਕਸ ਸੀਗਾ ਤਾਂ ਉਹ ਬਦਲੀ ਹੋ ਜਾਂਦੇ। ਤਾਂ ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚ ਬਿਜਲੀ ਪ੍ਰੀਪੇਡ ਮੀਟਰਾਂ 'ਤੇ ਚੱਲਦੀ ਆ ਪਹਿਲਾਂ ਭੁਗਤਾਨ ਵਾਲਾ 'ਤੇ, ਉਹ ਦੇਸ਼ਾਂ ਦਾ ਹਾਲ ਦੇਖੋ। ਚਾਹੇ ਉਹ ਦੇਸ਼ ਸਭ ਤੋਂ ਵੱਧ ਆਮਦਨ ਵਾਲੇ ਦੇਸ਼ ਹੋਣ ਪ੍ਰਤੀ ਵਿਅਕਤੀ, ਉੱਥੇ ਵੀ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ ਗਾ। ਇੱਥੇ ਤਾਂ ਤੁਹਾਨੂੰ ਪਤਾ ਆਮਦਨ ਹੈ ਹੀ ਕੀ, 250-300 ਦਿਹਾੜੀ ਇੱਕ ਬੰਦੇ ਦੀ ਹੁੰਦੀ ਆ। ਮੈਨੂੰ ਦੱਸੋ, ਉਹ ਆਪਦੀ ਚਾਹ ਪੱਤੀ ਸੌਦਾ ਪੱਤਾ ਲਿਆਊਗਾ, ਇੱਕ ਬਿਜਲੀ ਦੇ ਵਿੱਚ ਪੈਸੇ ਪਵਾਊਗਾ, ਘੱਟ ਤੋਂ ਘੱਟ ਰੀਚਾਰਜ ਹੀ ਜੇ 500 ਦਾ ਹੋਇਆ ਕਿੱਥੋਂ ਬਿਜਲੀ ਚਲਾ ਲੂ? ਜ਼ਮਾਨਾ ਫਿਰ ਉਹੀ ਆਉਣਾ ਗਾ ਲਾਟੈਨਾਂ ਵਾਲਾ,
ਠੀਕ ਹੈ ਜੀ। ਔਰ ਜਿਹੜੇ ਮਾਹਰ ਕਹਿ ਰਹੇ ਆ 2025 ਤੱਕ ਭਾਰਤ ਬੰਗਲਾਦੇਸ਼ ਨਾਲੋਂ ਵੱਧ ਗਰੀਬ ਦੇਸ਼ ਹੋਊਗਾ, ਉਹ ਇਸੇ ਕਰਕੇ ਹੀ ਹੋਊਗਾ। ਇੱਕ ਹੋਰ ਦੇਸ਼ ਸੀਗਾ ਜਿਨ੍ਹਾਂ ਨੇ ਸੰਨ 2000 ਆਉਂਦੇ ਆਉਂਦੇ ਸਾਰਾ ਕੁਛ ਪ੍ਰਾਈਵੇਟ ਕੰਪਨੀਆਂ ਨੂੰ ਵੇਚਤਾ ਸੀਗਾ, ਪਾਣੀ ਵੀ। ਔਰ ਪਾਣੀ ਮੀਂਹ ਦਾ ਪਾਣੀ ਜਮ੍ਹਾਂ ਕਰਨ 'ਤੇ ਵੀ ਲੋਕਾਂ ਦੇ ਪਰਚੇ ਹੁੰਦੇ ਸੀ, ਤਲਾਵਾਂ ਨਹਿਰਾਂ 'ਚੋਂ ਪਾਣੀ ਕੱਢਣ 'ਤੇ ਵੀ ਲੋਕਾਂ ਦੇ ਪਰਚੇ ਕਰਨ ਲੱਗ ਗਏ। ਆਖਰ ਨੂੰ ਸਾਰਾ ਦੇਸ਼ ਉੱਠਿਆ, ਫਿਰ ਸਾਰਾ ਕੁਛ ਵਾਪਸ ਕਰਵਾਇਆ। ਔਰ ਇਹ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜੇ ਹਿੰਦੂ ਜਾਗੂਗਾ ਤਾਂ ਕੁਛ ਹੋਣਾ, ਦੂਜੀਆਂ ਜਨਸੰਖਿਆ ਜਾਗੀ ਜਾਣ ਅਤੇ ਸੋਈ ਜਾਣ, ਕੋਈ ਫਰਕ ਨਹੀਂ ਪੈਂਦਾ। ਔਰ ਹਿੰਦੂ ਨਹੀਂ ਜਾਗ ਸਕਦਾ ਕਿਉਂਕਿ ਅਨਪੜ੍ਹ ਜ਼ਿਆਦਾ ਹੈ, ਠੀਕ ਆ। 80% ਦੇ ਵਿੱਚੋਂ 70% ਹਿੰਦੂ ਅਨਪੜ੍ਹ ਆ, 10% ਜਿਹੜਾ ਪੜ੍ਹਿਆ ਜਾਂ ਉਹ ਦਿੱਲੀ ਬੈਠਾ ਜਾਂ ਬੰਬੇ ਬੈਠਾ, ਬਾਕੀ ਜਿਹੜਾ ਸਾਊਥ ਆ ਕੇਰਲਾ ਪੜ੍ਹਿਆ ਹੋਇਆ ਗਾ, ਠੀਕ ਆ, ਬਾਕੀ ਅਨਪੜ੍ਹ। ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਹਲੇ ਵੀ, ਖੂਹਾਂ ਦੇ ਵਿੱਚੋਂ ਜਿਹੜੇ ਕਈ ਕਈ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਪਹੁੰਚੀ, ਗੰਦਾ ਪਾਣੀ ਪੀਣ ਦੇ ਲੋਕ ਮਜਬੂਰ ਆ ਇਸੇ ਦੇਸ਼ ਦੇ ਵਿੱਚ। ਕਹਿਣ ਨੂੰ ਭਾਈ ਡਿਵੈਲਪਮੈਂਟ ਰੋਡ ਬਣੀ ਜਾਂਦੇ ਆ, ਉਹ ਰੋਡਾਂ ਦੇ ਭਾਈ ਸਿੱਧਾ ਬਾਹਰਲੇ ਦੇਸ਼ਾਂ ਨਾਲ ਵਪਾਰ ਹੋਣਾ ਗਾ, ਤੇਰੇ ਮੇਰੇ ਵਰਗਿਆਂ ਦਾ ਕੋਈ ਲਿੰਕਾ ਦੇਖਾ ਨਹੀਂ। ਇਹ ਜਿਹੜੀ ਸੱਚ ਆ ਵੀਡੀਓ, ਇਹਨੂੰ ਅੱਗੇ ਭੇਜ ਦਿਓ, ਹੋਰ ਲੋਕਾਂ ਦੇ ਮਾੜੇ ਮੋਟੇ ਕੰਨ ਖੁੱਲ੍ਹ ਜਾਣ। ਜਿੰਨਾ ਵੀ ਤੁਸੀਂ ਗਾਂਹ ਭੇਜੋਗੇ, ਲੋਕ ਥੋੜ੍ਹਾ ਜਿਹਾ ਸਵਾਲ ਕਰਨ, ਸ਼ੇਅਰ ਕਰਨ, ਠੀਕ ਆ, ਸਰਕਾਰੀ ਤੰਤਰ ਤੱਕ ਪਹੁੰਚੇ, ਉਹਨਾਂ ਨੂੰ ਸਵਾਲ ਕੀਤਾ ਜਾਵੇ ਵੀ ਭਾਈ ਸਿਮ ਵਾਲੇ ਮੀਟਰ ਕਿਉਂ ਲਾਉਂਦੇ ਆ, ਦੱਸੋ ਕੋਈ ਕਾਰਨ, ਕੋਈ ਮਜਬੂਰੀ, ਕੀ ਮਜਬੂਰੀ ਪੈ ਗਈ ਆ। ਭਾਈ ਜਿਹੜੇ ਬਾਹਰ ਦੇਸ਼ਾਂ 'ਚ ਲੱਗੇ ਆ ਉਹਨਾਂ ਦੇ ਵਿੱਚ ਤਾਂ ਐਂ ਕਰਨਾ ਪੈਂਦਾ ਗਾ, ਤੁਹਾਡੀ ਕੀ ਸਕੀਮ ਆ ਕੋਈ ਦੱਸ ਸਕਦਾ ਗਾ? ਇਹ ਸਵਾਲ ਤੁਸੀਂ ਕਰੋਗੇ, ਵੀਡੀਓ ਸ਼ੇਅਰ ਕਰੋ, ਲੋਕ ਜਾਗਰੂਕ ਫੇਰ ਹੀ ਹੋਣਗੇ। ਨਹੀਂ ਤਾਂ ਭਾਈ ਬੈਠੇ ਰਹੋ, ਇੱਕ ਦਿਨ ਨੂੰ ਸਾਹਿਬ ਜਦੋਂ ਭਾਣਾ ਵਰਤ ਗਿਆ ਤਾਂ ਫਿਰ ਅੱਖਾਂ 'ਤੇ ਘਸਾਉਂਦੇ ਦੇ ਰੋਣਾ ਗਾ,